ਬਾਗੂ ਬਾਰੇ ਤਾਂ ਸ਼ੁਕਰੀਆ ਅਦਾ ਕਰਾਂਗੇ ਜਿੰਨੇ ਵੀ ਸਾਡੇ ਪੁਰਾਣੇ ਮੇਰੀ ਸਟੈਂਡ ਮਸ਼ੀਨ ਰਮਾਨੇ ਮੈਂ ਸ਼ੁਕਰੀਆ ਅਦਾ ਕਰਾਂਗਾ ਚੌਧਰੀ ਕਾਮਰਾਨ ਸੋਨ ਪਰਦਾਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਇਹਨਾਂ ਦੇ ਵਿਆਹ ਜੀ ਮੁਖਤਾਰ ਪੰਨੂ ਸਾਹਿਬ ਸਾਡੇ ਬਜ਼ੁਰਗ ਸਾਡੇ ਚਾਚਾ ਜੀ ਤਸ਼ਰੀਫ ਲੈ ਕੇ ਮੇਰੀ ਸਟੇਜ ਉੱਪਰ ਔਰ ਚੌਧਰੀ ਸਾਰਾ ਹੱਕਦਾਰ ਸਾਹਿਬ ਸਾਬ ਇੰਸਪੈਕਟਰ ਅਫੀਸਰ ਟ੍ਰੈਫਿਕ ਪੁਲਿਸ ਔਰ ਰਾਣਾ ਸ਼ਕੂਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਹਾਜੀ ਮਨਵਰ ਸਾਹਿਬ ਤੁਹਾਡਾ ਵੀ ਸ਼ੁਕਰੀਆ ਔਰ ਚੌਧਰੀ ਵਸੀਮ ਪੁੱਤਰ ਸਾਹਿਬ ਚੌਧਰੀ ਰਜ਼ਾ ਪੁੱਤਰ ਸਾਹਿਬ ਚੌਧਰੀ ਅਰਹਮ ਪੁੱਤਰ ਸਾਹਿਬ ਚੌਧਰੀ ਜਨੇਦ ਪੁੱਤਰ ਸਾਹਿਬ ਔਰ ਮੀਆਂ ਰਹਿਮਾਨ ਮਾਡੀ ਸਾਹਿਬ ਤੁਹਾਡਾ ਵੀ ਬਹੁਤ ਜ਼ਿਆਦਾ ਸ਼ੁਕਰੀਆ ਹਾਂਜੀ ਹਾਂਜੀ ਰੇਡ ਪਾਇਆ ਗਿਆ ਇਤਿਹਾਦ ਕਬੱਡੀ ਕਲੱਬ ਪੰਜਾਬ ਦੀ ਧਰਤੀ ਵੱਲੋਂ ਇਸ ਸਮੇਂ ਰਾਣਾ ਸ਼ੂਨਾ ਸਪਿੰਡ ਹੈ ਪੰਜਾਬ ਕੇ ਚੜ੍ਹਦੀ ਜਵਾਨੀ ਅਸੀਂ ਖੇਡੀਆਂ ਕਬੱਡੀਆਂ ਵਾਂਗ ਪਹਾੜੋਂ ਵੇਖ ਲੋ ਹੋ ਗਈਆਂ ਨੇ ਹੱਡੀਆਂ ਰੱਜ ਖਾਦਾ ਨਾਲੇ ਸਾਡੀਆਂ ਨੇ ਜਾਨਾ ਮੇਰੇ ਮੌਲਾ ਸਾਨੂੰ ਦਿੱਤੀਆਂ ਨਿਸ਼ਾਨਾ ਲੱਕ ਫੜਿਆ ਹੋਇਆ ਹੱਦੇ ਦੂਰ ਹੋਣ ਵਾਲੀ ਗੱਲ ਇਹ ਮੁਜ਼ੱਫਰ ਦੀ ਗੁਸਲ ਦੱਸੇਗੀ ਕਿ ਪੁਆਇੰਟ ਕਿਹਦੇ ਹਿੱਸੇ ਜੁੜੂ ਇਸ ਸਮੇਂ 30 ਸਕਿੰਟਾਂ ਦਾ ਸਮਾਂ ਘੜੀ ਨੂੰ ਸੂਈ ਹੈ ਕਿਤੇ ਕਰਦੀ ਪੁਆਇੰਟ ਦੇਖਦੇ ਹਾਂ ਚਾਫੀ ਦਾ ਪੁਆਇੰਟ ਤਬੀਦ ਖੇਲ ਦੀ ਟੀਮ ਦਾ ਇਧਰੋਂ ਰੇਡ ਪਾਏਗਾ ਹਾਫਿਜ਼ ਫਿਲਹਾਲ ਤਾਰੀ ਦਾ ਸ਼ੋਰ ਡੀਸੀ ਮੋਹਰੇ ਇਸ ਸਮੇਂ ਇਤਿਹਾਦ ਕਬੱਡੀ ਕਲੱਬ ਦੇ 4 ਸੁਪਰ ਸਟਾਰ ਜਾਪੀ ਇੱਕ ਅੰਗਤੇ ਅਤੀਕ ਕਾਸ਼ੀ ਸੱਤ ਔਰ ਲਗਨ ਮੀਆਂ ਇਸ ਸਮੇਂ ਅਤੀਕ ਕੰਪੋ ਪਿੰਡ ਹੈ ਮੇਰੇ ਵੀਰੋ 215 ਤਗੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੌੜਦਾ ਹੈ ਰੇਡਰ ਲੋਕ ਕਬੱਡੀ ਕਹਿੰਦੇ ਸੱਪ ਦੀ ਕਈ ਹੋਈ ਆ ਖੇਡ ਮੈਦਾਨ ਦੇ ਅੰਦਰ ਉਹ ਸ਼ੀਸ਼ ਨਾਗ ਆ ਗਿਆ ਵਿਕਾਸ ਸੱਪ ਉਹ ਸੱਪ ਜੇ ਪੁਆਇੰਟ ਲੈ ਗਿਆ ਹੋਵੇ ਤੇ ਐਕਸ਼ਨ ਜ਼ਰੂਰ ਕਰੇਗਾ ਲੋ ਵਿਕਾਸ ਸੱਪ ਨੇ ਕਹਿੰਦੇ ਖੁੱਲੀ ਵਾਲੇ ਕਬੱਡੀ ਕੱਪ ਤੇ ਉਹ ਬੱਲੇ ਬੱਲੇ ਕਰਵਾਈ ਸੀ ਉਹ 4 ਕਹਿੰਦੇ ਮੂਹਰੇ ਲਾਏ ਹੋਏ ਆ ਸੱਪ ਨੇ ਲੋ ਸੱਪ ਨੂੰ ਕਹਿੰਦੇ ਜੋਗੀ ਦਾੜਾ ਟੱਕਰਨ ਵਾਲੀ ਗੱਲ ਹੋਈ ਆ ਉਹ 30 ਸਕਿੰਟ ਵਾਲਾ ਵੇਲਾ ਬਲਾਲ ਜੱਜ ਜਿੰਨੇ ਜੱਫੇ ਮਾਰੇ ਉਨੇ ਹਜ਼ਾਰ ਦਿੱਤੇ ਜਾਣੇ ਜਨਾਬ ਚੌਰੀ ਫੈਸਲੇ ਖੜ ਲੱਲੋ ਇਧਰੋਂ ਕਹਿੰਦੇ ਕਾਸ਼ੀ ਸੱਪ ਬੱਲੇ 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 ਕਬੱਡੀ ਹਮਜਾ ਫੌਜੀ ਪਿੰਡ 257 ਜਹਾਂਗੀਰ ਜਿੱਥੇ ਭੱਟੋ ਵਰਗੇ ਤੀਮੇ ਵਰਗੇ ਮੱਖਣ ਵਰਗੇ ਰਾਸ਼ਦ ਮਰਗ ਵਰਗੇ ਸੁਪਰ ਸਟਾਰ ਪੈਦਾ ਹੋਏ ਬੱਲੇ ਬੱਲੇ ਲੱਕ ਫੜ ਲਿਆ ਤੇ ਹੋ ਗਿਆ ਲੱਕ ਦਾਰੇ ਬਾਬਾ ਔਰ ਬਲਾਲ ਜਾਤੇ ਉਹ ਲੱਗਿਆ ਸਾਨਾ ਜਾਤੇ ਜੇ ਦੁਨੀਆਂ ਖੜ ਖੜ ਤੱਕਦੀ ਏ ਸਾਨ ਜੱਗ ਨੂੰ ਰੋਕਣੇ ਵੀ ਆਉਂਦੇ ਆ ਤੂਫਾਨ ਜਾਨੂੰ ਫਿਆ ਜੱਜ ਵੀ ਪੂਰੀ ਜਸ ਲੈਂਦਾ ਹੋਇਆ ਗੂੜਾ ਨਿਕਲ ਲੱਗਾ ਸਾਮਾ ਜਾਂਦੇ ਤਾੜੀ ਮਾਰਦੇ ਸਾਮਾ ਜੰਦ ਵਾਸਤੇ ਜਿਵੇਂ ਨਹੀਂ ਗਰਾਉਂਡਾ ਵਿੱਚ ਨਾ ਬੋਲਦਾ ਕੀਤੀਆਂ ਨੇ ਮਿਹਨਤਾਂ ਦੇ ਤਾਂ ਬੋਲਦਾ ਰਸਤੇ ਪੌੜਾਂ ਦੇ ਕਦੇ ਨਾ ਬਦਲ ਹੁੰਦੇ ਕੁਝੀਆਂ ਵਿੱਚ ਨਾ ਕਦੇ ਸਮੁੰਦਰ ਪਾਏ ਜਾਂਦੇ ਸੂਰਜ ਕਦੀ ਨਾ ਮੁੱਠੀ ਚ ਫੜ ਹੁੰਦਾ ਤਾਰੇ ਕਦੀ ਨਾ ਅਮਰੋਂ ਲੈ ਜਾਂਦੇ ਸੱਜਣ ਦਿਲਾਂ ਦੇ ਬਦਲੇ ਬਹੁਤ ਔਖੇ ਡੈਰੀ ਕਦੀ ਨਾ ਜਿਵੀ ਚੜਾਏ ਜਾਂਦੇ ਤਾੜੀਆਂ ਮਾਰਦੇ ਕਰੇ ਪੰਜਾਬੀ ਹਰ ਚੀਜ਼ ਮਾਰੀ ਜਾਂਦੀ ਹੈ ਭਾਈ ਸਾਨ ਸਾਹਿਬ ਇਹ ਤਾੜੀਆਂ ਮਾਰ ਲਈਆਂ ਬੜੀ ਗੱਲ ਜੂਸੀ ਕਰਦੇ ਉਹ ਮਾਰ ਦਿਓ ਤਾੜੀਆਂ ਹਾਂਜੀ ਇਧਰਲੇ ਬੰਦੇ ਕਬੱਡੀ ਪਾਉਣ ਵਾਸਤੇ ਪਾਏਗਾ ਕਬੱਡੀ ਖੇਡ ਮੈਦਾਨ ਦੇ ਵਿੱਚ ਮੁੰਡਾ ਕਬੱਡੀ 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 ਪੈਰਾਂ ਚ ਕਰੰਟ ਹੈ ਮੁੰਡੇ ਦੇ ਪਿੰਡ ਚ ਕਬੱਡੀ ਉਧਰ ਤੀਕ ਕਪੋ ਉਧਰ ਭਾਲੂ ਚੱਟ ਉਹ ਤੀਕ ਕਪੋ ਚੌਧਰੀ ਮੁਦੱਸਰ ਕਪੋ ਦਾ ਪਤੀ
ਜਾਣਾ ਕਿਆ ਮੁੰਡਾ ਆ ਦੇਖਣਾ ਪੈਗਾ ਟਰਾਈਆਂ ਟਰਾਈਆਂ ਔਰ ਰੇਡਰ ਦੀਆਂ ਤਾੜੀਆਂ ਤੇ ਮਾਰ ਦੂ दूसरा प्राइज कहते मेरे भी 50,000 दिता जाना जनाब चोरी आदम भुलर चोरी यादव भुलर पर जेरे कहते कबड्डी कप और सामने हो गई है टक्कर बल्ले 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 ग्यारहवीं जन्मे की धरती है जिथे साडे वीरे तीसरे वर्ग के सुपर स्टार पैदा हुए ਹਾਂਜੀ ਔਰ ਇੱਕ ਹੋਰ ਸ਼ੁਕਰੀਆ ਅਦਾ ਕਰਾਂਗਾ ਲਓ ਜੀ ਪਹਿਲੇ ਹਾਫ ਦੀ ਖੇਡ ਮੁੱਕ ਗਈ ਆ ਲਓ ਜੀ 13 ਨੰਬਰ ਕੇ ਜੇ ਇਤਿਹਾਦ ਕਬੱਡੀ ਕਲੱਬ ਚੱਕ ਨੰਬਰ 50 ਕੇ 202 ਦੇ ਨੰਬਰ 10 ਹੁਣ ਇੱਕ ਵਾਰੀ ਤਾੜੀਆਂ ਨੇ ਨਿਆਲੇ ਬਣਦੀਆਂ ਨੇ ਮਾਰੇ ਤਾੜੀਆਂ ਦਿਲ ਖੋਲ ਕੇ ਕੋਈ ਗੱਲ ਨੀ ਲੋ ਜੀ 10-13 ਦਾ ਚੱਲਦਾ ਹੋਇਆ ਤਗੜਾ ਮੁਕਾਬਲਾ ਜਿੰਨੂ ਦੇਵੇ ਬੋਲਾ ਪਰ ਕਹਿੰਦੇ ਨੇ ਕਿ ਸੂਰਜ ਤੁਰਦਾ ਨਾਲ ਬਰਾਬਰ ਕਿ ਦਿਨ ਕੇ ਲੰਗਰ ਸਾਲ ਬਰਾਬਰ चल पी गबरू अपना कबड्डी रॉयल किंग की मुंडे ने निकल पाई आते ऑनर यूएस से बैठे कबड्डी वेंदे पे ने आओ सामने चार जाफी आओ भालू जट सदके जट्टा जट्टा स्टेज के बरादरी बैठी आ ਜੱਫਾ ਲਾਵੇ ਧੱਕੇ ਨਾਲ ਪਾਸੇ ਲੈ ਦੇ ਆ ਆਹ ਟਰਾਈਆਂ ਆਹ ਭਾਦੂ ਜੱਟ ਦੀਆਂ ਟਰਾਈਆਂ ਆਹ ਟਰਾਈਆਂ ਸਦਕੇ ਜੱਟਾ छोटा दीरा तगड़ा पाने शुक्रिया और इस साल हक जान साहब साहब इंस्पेक्टर ट्रैफिक पुलिस स्टेशन आबाद और चली कामर कामरान सूल नंबरदार साहब साडा भी बहुत ज्यादा शुक्रिया और साडे चाचे चोरी बख्तार पन्नू साहब इन्हां वालों माया के कप्पे नोटा की बारिश चली सानू हर साल अच्छे कमाला कर दिया खुले पैसे बरता के चोरी कामरान नंबरदार साहब साडा भी बहुत शुक्रिया फिर पई हुई है रेड कहते माली कमजोर ही खेल मैदान के अंदर पक्ष आर्मियां जोड़ जा सकता इस समय मोहरे चार मंडी पर मंडी स्टापर बालू जट जिन्ने डे मारे चोरी फैसला कर लो उन्ने हजार दिते जाने ਸਾਡੇ ਮਹਾਨ ਕੋਚ ਵੀ ਕਹਿੰਦੇ ਖੇਡ ਮੈਦਾਨ ਦੇ ਅੰਦਰ ਪਹੁੰਚ ਗਏ ਹਾਫਜ ਫਰਿਆਦ ਸਾਹਿਬ ਫੈਲਦਾ ਜਿੰਦਾਬਾਦ ਇਹ ਵੀ ਕਹਿੰਦੇ ਨਰਸਰੀਆ ਗੱਡਾ ਸਿੰਘ ਔਰ ਸੜਕੇ ਪੂਰਾ ਪਿੰਡ ਹੀ ਲੱਗ ਗਿਆ ਇਹ ਪੁਆਇੰਟ ਕਹਿੰਦੇ ਜਨੇਤ ਦੇ ਹਿੱਸੇ ਜੁੜਿਆ ਇਧਰੋਂ ਰੇਡ ਪਾਏਗਾ ਕਹਿੰਦੇ ਗੁਰਦਾਸ ਕਾਲਾ ਕਿ ਮੂਰਖ ਨੂੰ ਕੀ ਪੰਧ ਨਸੀਹਤ ਪੱਥਰ ਨੂੰ ਕੀ ਪਾਲਾ ਕਾਲੇ ਰੰਗ ਨੂੰ ਸਾਬਣ ਸਾਬਣ ਮਿਲਾਈਏ ਪਰ ਫਿਰ ਵੀ ਜਾਂਦਾ ਕਾਲੇ ਦਾ ਕਾਲਾ ਮੇਰਾ ਕਾਲਾ ਇਹ ਸਰਕਾਰ ਤੇ ਗੋਰਿਆਂ ਨੂੰ ਪਰਾ ਕਰੋ ਔਰ ਸਾਹਮਣੇ ਕਹਿੰਦੇ ਅੱਗੇ ਵੀ ਮੁੰਡਾ ਖੁੱਜ ਫੜ ਕੇ ਧਾਣ ਵਾਲੀ ਗੱਲ ਕਰਦਾ ਹੋਇਆ ਇਹ ਪੁਆਇੰਟ ਦੇ ਸਦਕੇ ਉਸਤਾਦ ਕਾਪੀ ਤਾੜੀ ਮਾਰੋ ਉਸਤਾਦ ਕਾਪੀ ਵਾਸਤੇ ਵੀ ਇੱਧਰੋਂ ਰੇਲ ਪਾਏਗਾ ਕਹਿੰਦੇ ਦਿਲਜੀਤ ਕਬੀਰ ਦੀ ਖੇਡ ਕਬੱਡੀ ਕਲੱਬ ਵੱਲੋਂ ਚੋਰੀ ਫੈਸਲਾ ਕਰ ਲੋ ਜਿੰਨੇ ਜੱਤੇ ਮਾਰੇ ਬਲਾਲ ਉਨੇ ਹਜ਼ਾਰ ਦਿੱਤੇ ਜਾਣੇ ਆ ਔਰ ਇਹ ਸਾਮਾਂ ਜਾਤੇ ਨਾਲ ਮਦਰ ਡੋਗਰ ਤੇ ਭੋਲੀ ਐਸਵੇਂ ਭੋਲੀ ਕਹਿੰਦੇ ਮੇਰੇ ਵੀਰੋ ਪਿੰਡ 257 ਜਹਾਂਗੀਰ ਦੀ ਧਰਤੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਇਤਿਹਾਦ ਕਬੱਡੀ ਕਲੱਬ ਦੇ ਹਿੱਸੇ ਜੋੜ ਰਿਹਾ ਜਿਹੜੇ ਚਾਬੀ ਦੇ ਖਾਤੇ ਇੱਧਰ ਨੇ ਪਹਿਲੇ ਕਬੱਡੀ ਪਾਉਣ ਵਾਸਤੇ ਚੱਲ ਪਈ ਸਾਮਾਂ ਜੱਟ ਅਸਤਾਨ ਮੁੰਡਿਆਂ ਕਹਿੰਦੇ ਗੁਲਾਮ ਗੋਸ ਇਤਿਹਾਦ ਕਬੱਡੀ ਕਲੱਬ ਚੱਕ ਨੰਬਰ 50 ਕਹਵੇ ਉੱਧਰ ਦੇ ਬਣੇ ਚਾਰ ਚਾਬੀ ਉੱਧਰ 11 ਦਾ ਯਾਰ ਕਬੱਡੀ ਕਲੱਬ ਸਾਡੇ ਵੀਰ ਸਾਬਰ ਹੁਸੈਨ ਕਰਦੇ ਫੋਟੋ ਲੈ ਗਈਆਂ ਮੇਰੇ ਖਬਰ ਸ਼ੇਅਰ ਔਰ ਪਹਿਲਾਂ ਤੋਂ ਪ੍ਰਦਰਸ਼ਨ ਪੂਰੀ ਟੀਮ ਦਾ ਇਤਿਹਾਸ ਸ਼ੁਕਰੀਆ ਕਿ ਮੁਹੱਬਤ ਸਾਂਝੀਆਂ ਕਰਦੇ ਨੇ ਯਾਸਰ ਭੁੱਲਰ ਕਬੱਡੀ ਕਲੱਬ 11 ਦਾ ਯਾਰ ਆਓ ਦੇਖਣਾ ਪੈਗਾ ਉੱਧਰ ਚਾਫੀ ਦੀਆਂ ਟਰਾਈਆਂ ਆਓ ਕੀਆਂ ਸੈਂਕੜਾ ਦਾ ਬੇੜਾ ਤੱਕ ਕਰਕੇ ਬੀਜੇਗਾ ਦੇਖਣਾ ਪੈਗਾ ਸਾਮਾ ਜੱਟ ਉਹ ਜੱਟ ਦੀਆਂ ਤਾੜੀਆਂ ਤੇ ਮਾਰ ਦਿਓ
ਕਬੱਡੀ ਕਲੱਬ ਵੱਲੋਂ ਮੋਰੇ ਪਲਾਲ ਜੱਟ ਨਾਲੇ ਬਬਰ ਸ਼ੇਰ ਕਾਸ਼ੀ ਸਾਫ ਦੇ ਆਓ ਕਹਿੰਦੇ ਮੇਰੇ ਵੀਰੋ ਜਹਾਂਗੀਰ ਦੀ ਧਰਤੀ ਇਹ ਪੁਆਇੰਟ ਆਪਣੀ ਟੀਮ ਦੇ ਹਿੱਸੇ ਲਹਾਨ ਕਬੱਡੀ ਕਲੱਬ ਪੰਜਾਬ ਦੇ ਹਿੱਸੇ ਗੁਲਾਮਗੜ ਜੱਟ ਦੀ ਟੀਮ ਦੇ ਹਿੱਸੇ ਇਧਰੋਂ ਫਿਰ ਰੇਡ ਪਾਉਣ ਵਾਸਤੇ ਕਹਿੰਦੇ ਮੇਰੇ ਵੀਰੋ ਭਾਰਤੀ ਕੰਬੋ ਵਧੀਆ ਹੋਇਆ ਖੇਡ ਮੈਦਾਨ ਦੇ ਅੰਦਰ ਇਹ ਅੰਬ ਫੜਾਂ ਦਾ ਬੋੜੀ ਗਿਣਿਆ ਸਬਜ਼ੀਆਂ ਵਿੱਚ ਕਰੇਲਾ ਚਰੀ ਕਬਾਦੀ ਰੀਸ ਨਾ ਗਈ ਜੇਲਾ ਲੱਗੇ ਤੇਲਾ ਸਫ਼ਰ ਜਵਾਨੀ ਸਭ ਤੇ ਸੋਹਣੀ ਭੈੜਾ ਸ਼ਿਕਰ ਵੇਲਾ ਸਭ ਨੇ ਲੱਕ ਫੜ ਲਿਆ ਤੇ ਹੋ ਗਈਆਂ ਲੱਗਤ ਵਾਲੇ ਬਾਬਾ ਮਿੱਠੂ ਕਚਰ ਸੜਕੇ ਤਾਰੀ ਮਾਰੇ ਬੜੀ ਛਾਤੀ ਜੰਡ ਫਿਰ ਰੇਡ ਪਾਉਣ ਵਾਸਤੇ ਵਧਿਆ ਹੋਇਆ ਕੱਚੜੀ ਛਾਤੀ ਫੇਰਨਾ ਵਰਗੇ ਪਾਂਡੇ ਚਾਰ ਜਾਤਕੇ ਦੇ ਉੱਤੇ ਕੀਤਾ ਹਮਲਾ ਛਾਤੀ ਜੰਡ ਹਾਂ ਬਈ ਫਰਿਆਦ ਦਾ ਸ਼ੋਰ ਮੇਡਾ ਦੀ ਕਮੰਡੀ ਦਾ ਸੁਪਰਸਟਾਰ ਪਹਿਲਾ ਸੀਜਰਾ ਬਾਬਰ ਸ਼ੇਦਾ ਲੱਗ ਗਿਆ ਇਸ ਸਮੇਂ ਅਤੀ ਕੰਪੋ ਪੈ ਗਈ ਆ ਜੱਫੀ ਬੰਦੀ ਗਈ ਆ ਕੈਂਚੀ ਖੰਡੇ ਦੂਰ ਹੋਣ ਵਾਲੀ ਗੱਲ ਫਿਰ ਤੈਨੂੰ ਕਿੱਥੇ ਆਈਆਂ ਨੀਂਦਰਾਂ ਤੈਨੂੰ ਖਤਰੇ ਨੇ ਹੋਰ ਮੈਂ ਹਾੜਾ ਪਾਉਂਦੀ ਆ ਰੱਬ ਦਾ ਤੂੰ ਘੋੜੀ ਲਗਾ ਨੂੰ ਤੋਰ ਇਹ ਪੁਆਇੰਟ ਇਸ ਸਮੇਂ ਦੇਖਦੇ ਆ ਅਤੀ ਕੰਪੋ ਦਾ ਪੁਆਇੰਟ ਇਤਿਹਾਦ ਕਬੱਡੀ ਕਲੱਬ ਪੰਜਾਬ ਦੀ ਟੀਮ ਦਾ ਇੱਧਰ ਫਿਰ ਰੇਡ ਪਾਉਣ ਵਾਸਤੇ ਗੁਰਦਾਸ ਕਾਲਾ ਵਧਿਆ ਹੋਇਆ ਖੇਡ ਮੈਦਾਨ ਦੇ ਅੰਦਰ ਚਾਰ ਛਾਪੀਆਂ ਦੇ ਉੱਤੇ ਕੀਤਾ ਹਮਲਾ ਸਾਰੀ ਜੰਗ ਤੋਂ ਦਿੰਦੇ ਸ਼ੇਰ ਦੀ ਤੇ ਮੁੰਡਾ ਰੇਡ ਔਰ ਸਾਹਮਣੇ ਦੇਖਦੇ ਆ ਚਾਰ ਕੈਰ ਵਾਰ ਜਾਂਦੀਆਂ ਕਿਹੜਾ ਮੁੰਡਾ ਲੱਗੂ ਇਹ ਸੱਜੀ ਗੱਡੀਆਂ ਨਾਲ ਲੱਗੂ ਜਾਂ ਖੱਬੀ ਗੱਡੀਆਂ ਨਾਲ ਲੱਗੂ ਕਿਹਦੇ ਨਾਲ ਹੋਗੀ ਟੱਕਰ ਵਿਕਾਸ ਦੀ ਸਦਕੇ ਇਹ ਪੁਆਇੰਟ ਮੀਟਰ ਦਾ ਇਨਸ਼ਾਅੱਲਾ ਇਸ ਤੋਂ ਬਾਅਦ ਫਿਰ ਫਾਈਨਲ ਮੁਕਾਬਲਾ ਫਾਈਨਲ ਪੇੜ ਕੇ ਭੱਟੀ ਤੋਂ ਚਾਰ ਦਿਨ ਪਹਿਲਾਂ ਇਨਸ਼ਾਅੱਲਾ ਯਾਰਾਂ ਦਾ ਯਾਰ ਕਬੱਡੀ ਕਲੱਬ ਉਹਨਾਂ ਦਾ ਜ਼ੇਰੇ ਇਸਤੇਮਾਲ ਕਬੱਡੀ ਦਾ ਮੇਲਾ ਭੱਟਾ ਫਤਿਹਗਾ 75 ਕਿਲੋ ਆਲ ਪੰਜਾਬ ਪਹਿਲਾ ਨਾਮ 70 ਮੋਟਰਸਾਈਕਲ ਤੇ ਦੂਜਾ ਨਾਮ 50,000 ਰੁਪਈਆ ਤੇ ਇਸ ਤੋਂ ਬਾਅਦ ਇਨਸ਼ਾਅੱਲਾ ਪਾਉਣੀ ਵਾਲੇ ਕਬੱਡੀ ਕੱਪ ਦੇ ਰਾਣਾ ਕਾਮਰਾਨ ਸਾਹਿਬ ਸਾਡੇ ਦੀ ਧਾਰੀ ਸਾਹਿਬ ਇਹਨਾਂ ਦੀ ਜ਼ੇਰੇ ਸਰਪ੍ਰਸਤੀ ਹਾਫਿਜ਼ ਫਰਿਆਦ ਤਾਰੀ ਕਬੱਡੀ ਕਲੱਬ ਕਾਦਰਾਬਾਦ ਕਬੱਡੀ ਕਲੱਬ ਰਾਇਲ ਕੇ ਕਬੱਡੀ ਕਲੱਬ ਤੇ ਮੱਕਾ ਕਬੱਡੀ ਕਲੱਬ ਇਨਸ਼ਾਅੱਲਾ ਚਾਰ ਕਲੱਬ ਹੋ ਗਏ ਅਗਲੇ ਹਫ਼ਤੇ ਇਨਸ਼ਾਅੱਲਾ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਕਬੱਡੀ ਦਾ ਵੱਡਾ ਮੇਲਾ ਤੇ ਇਸ ਤੋਂ ਬਾਅਦ 1-2 ਤਰੀਕ ਨੂੰ ਇਨਸ਼ਾਅੱਲਾ ਮੁਲਾਕਾਤਾਂ ਹੋਣਗੀਆਂ 80 ਕਿਲੋ ਆਲ ਪੰਜਾਬ 98 ਕੁੰਡੀ ਦੀ ਧਰਤੀ ਦੇ ਬਾਈ ਸ੍ਰੀ ਗੁੱਜਰ ਸਾਹਿਬ ਅਸਾਮਾ ਜੱਟ ਕਹਿੰਦਾ ਵੀ ਇਨਸ਼ਾਅੱਲਾ ਇਹਨਾਂ ਦੇ ਪਿੰਡ ਮੇਲਾ ਫੰਦੇਗਾ ਇਨਸ਼ਾਅੱਲਾ ਅਗਲੇ ਮਹੀਨੇ 1-2 ਤਰੀਕ ਨੂੰ 80 ਕਿਲੋ ਕਬੱਡੀ ਕੱਪ ਹੋਏਗਾ 98 ਕੁੰਡੀ ਔਰ ਠੀਕ ਕੱਪੋ ਮਿਹਰਬਾਨੀ ਸਲੀਮ ਨਾਈ ਸਟੇਜ ਦੀ ਬੈਕ ਸਾਈਡ ਤੇ ਪਹੁੰਚੇ ਅਲੀ ਦਾ ਦਾਵਾ ਸਾਹਿਬ ਬੁਲਾ ਰਿਹਾ ਔਰ ਮੇਰੀ ਟੀਮ ਸਟੇਜ ਦੀ ਬੈਕ ਸਾਈਡ ਤੇ ਜਦੋਂ ਸੜ ਕੇ 30 ਕੰਬੋ ਟਰਾਈ ਕਰਦਾ ਹੋਇਆ ਇਸ ਸਮੇਂ ਰਾਹ ਵਕ ਸਦ ਗਏ ਬੱਲੇ ਬੱਬਰ ਸ਼ੇਰਾ ਇਸ ਸਮੇਂ ਦੇ ਦਿਆ ਗਿੱਲ ਵੱਡੀ ਕਲੱਬ ਦਾ ਬੱਬਰ ਸ਼ੇਰਾ ਲੱਗ ਗਿਆ ਲਾਲੇ ਅਕਰਮ ਦਾ ਸ਼ੇਰ ਇਸ ਸਮੇਂ ਅਤੀ ਕੰਬੋ ਗੁੱਟ ਫੜਿਆ ਫਿਰ ਗੁੱਟ ਘੁੱਟ ਕੇ ਫੜ ਲਈ ਗਏ ਹਜੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਇਸ ਵੇਲੇ ਵਿੱਚ ਕਈ ਵਿਛੜ ਗਏ ਨੇ ਹਾਂ ਹਾਣੀ ਇਹ ਪੁਆਇੰਟ ਦੇਖਦੇ ਆ ਅਤੀਕ ਦਾ ਗੁਲਾਮ ਗੌਰ ਚੰਦ ਦਾ ਇਧਰੋਂ ਫਿਰ ਰੇਡ ਪਾਏਗਾ ਰਾਣਾ ਯੂਨਸ ਵਧਿਆ ਹੋਇਆ ਖੇਡ ਮੈਦਾਨ ਮੋਰੇ ਮਿੱਠੂ ਕੁੱਚਰ ਦੇਖਦੇ ਆ ਕੈਰ ਬਣ ਜਾਂਦੀ ਪਿਛਲਾ ਮੈਚ ਵੀ ਤਕੜਾ ਖੇਡਿਆ ਦੇਖਦੇ ਆ ਕਿਹਦੇ ਨਾਲ ਹੋਗੀ ਟੱਕਰ ਲਓ ਮਿੱਠੂ ਗੁੱਜਰ ਕਹਿੰਦੇ ਠਾਣਵਾ ਜਿਵੇਂ ਖੁੱਲੀ ਦੀ ਧਰਤੀ ਹੈ ਓ ਮਿੱਠੂ ਗੁੱਜਰ ਓ ਗੁੱਜਰਾਂ ਦਾ ਸ਼ੇਰ ਪੁੱਤ ਹਾਫੇ ਫਰਿਆਦ ਦਾ ਸ਼ੇਰ ਓ ਤਾੜੀ ਦਾ ਮਾਂਗ ਇੱਕ ਵਾਰੀ ਓ ਮਿੱਠੂ ਗੁੱਜਰ ਨੇ ਕਹਿੰਦੇ ਓ ਠੱਲ ਪਾਈਆ ਓ ਤਗੜੇ ਅੰਗ ਦਾ ਕਰ ਗਿਆ ਵਾਦਾ ਮਿੱਠੂ ਗੁੱਜਰਾਂ ਇੱਧਰ ਆ ਸੁਣਿਆ ਇੱਧਰ ਆ ਤੈਨੂੰ ਮੈਂ ਇਨਾਮ ਦੇਵਾਂ ਇੱਧਰ ਆ ਓ ਮਿੱਠੂ ਗੁੱਜਰ ਨੇ ਕਹਿੰਦੇ ਤਗੜੇ ਅੰਗ ਦਾ ਕਰਤਾ ਵਾਦਾ ਓ ਗੁੱਜਰਾਂ ਦਾ ਕਹਿੰਦੇ ਸੋਹਣਾ ਪੁੱਤ ਉਧਰੋਂ ਸਟੇਜ ਤੋਂ ਮਹਿਮਾਨਾਂ ਕੋਲ ਪੈ ਗਏ ਗੁਜਰਾਤ ਚੌਰੀ ਸਾਧ ਲਾਲ ਜਾਰ ਸਾਹਿਬ ਰਹਿੰਦਾ ਜਿੰਦਾ ਬਾਦ ਗੁਜਰਾਤ ਚੌਰੀ ਕਾਮਰਾਨ ਰਸੂਲ ਨੰਬਰਦਾਰ ਸਾਹਿਬ ਚੌਰੀ ਮੁਖਤਾਰ ਬਦੂ ਸਾਹਿਬ ਚੌਰੀ ਵਸੀਮ ਬੁੱਟਰ ਸਾਹਿਬ ਚੌਰੀ ਮਜ਼ਾ ਭੁੱਟਰ ਸਾਹਿਬ ਚੌਰੀ ਫੈਸਲ ਖਾਨ ਸਾਹਿਬ ਚੌਰੀ ਅਰਹਮ ਭੁੱਟਰ ਸਾਹਿਬ ਚੌਰੀ ਖਰੀਦ ਭੁੱਟਰ ਸਾਹਿਬ ਸਤ ਬਿਸਮਿਲਾ ਜੀ ਯਾਰ ਔਰ ਜਨਾਬ ਰਾਣਾ ਤਨਵੀਰ ਸਾਹਿਬ ਆ ਸਾਊਦੀ ਅਰੇਬੀਆ ਅਸੀਂ ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਾਂਗੇ ਸਾਡੇ ਖੇਡ ਮੈਦਾਨ ਨਾਲ ਜੁੜੇ ਹੋਏ ਇੱਧਰੋਂ ਫਿਰ ਪਈ ਹੋਈ ਆ ਰੇਡ ਸਦਕੇ ਸੱਤ ਉਹਨੇ ਸਿਆਣਾ ਸਪੇਰਾ ਲੱਗਾ ਦੇਖਦੇ ਆ ਤਿਆਰ ਬੀਟ ਕੱਢੀ ਹੋਈ ਆ ਇਹ ਪੁਆਇੰਟ ਇਸ ਵਿਕਾਸ ਕਾਲੇ ਦਾ ਪੁਆਇੰਟ ਦੇਖਦੇ ਆ ਗੁਲਾਮਗੜ ਚੱਟ ਦਾ ਇੱਧਰੋਂ ਪਾਏਗਾ ਕਬੱਡੀ ਕਹਿੰਦੇ
ਅਤੇ ਨਵੀਦ ਗਿੱਲ ਦਾ ਸ਼ੇਰ ਅਲੀ ਹਸਨ ਜੱਟ ਉਹ 94 ਜੀਤੇ ਦੀ ਧਰਤੀ ਹੈ। ਉਹ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਪੂਰੀਆਂ ਕਹਿੰਦੇ ਜਾਫੇ ਨੇ ਜਾਂਦਾ ਹੀ ਝੱਕ ਲਿਆ ਉਹ 30 ਸੈਕਿੰਡਾਂ ਦਾ ਵੇਲਾ ਕਹਿੰਦੇ ਟੱਕ ਟੱਕ ਕਰਕੇ ਬੀਤਦਾ ਹੋਇਆ ਉਹ ਬਣਾ ਲਿਆ ਕਹਿੰਦੇ 30 ਸੈਕਿੰਡਾਂ ਤੋਂ ਪਹਿਲੇ ਲੋਕ ਮੈਚ ਜਿਹੜਾ ਅੱਜ ਦਾ ਇਹ ਮੈਚ ਕਹਿੰਦੇ ਵਿਨ ਕਰ ਲਿਆ 29 ਪੁਆਇੰਟ ਇਤਿਹਾਦ ਕਬੱਡੀ ਕਲੱਬ 50 ਤੇ 15 ਪੁਆਇੰਟ ਕਹਿੰਦੇ ਮੇਰੇ ਵੀਰੇ 202। ਲਓ ਅਗਲੇ ਮਹੀਨੇ ਦੀ 1 ਤਰੀਕ ਨੂੰ 98 ਜੀਕੇ ਖੁੱਲੀ ਦੇ ਵਿੱਚ